ਦੋਸਤੋ ਸਤਿ ਸ਼੍ਰੀ ਅਕਾਲ ਅਦਾ, ਮੈਂ ਤੁਹਾਡਾ ਵੀਰ ਦੁਰਕਰਨ ਗਿੱਲਾ। ਅੱਜ ਮੈਂ ਤੁਹਾਡੇ ਸਨਮੁੱਖ ਇੱਕ ਬੇਨਤੀ ਲੈ ਕੇ ਹਾਜ਼ਰ ਹਾਂ ਕਿ ਜੋ ਪੂਰੀ ਦੁਨੀਆ ਦੇ ਵਿੱਚ ਇੱਕ ਵਾਇਰਸ, ਕਰੋਨਾ ਵਾਇਰਸ ਚੱਲ ਰਿਹਾ, ਜਿਹੜਾ ਆਪਣੇ ਵਾਰ ਕਰਦਾ, ਔਰ ਉਹਨੇ ਪਤਾ ਨਹੀਂ ਕਿੰਨੀਆਂ ਕੁ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਦੋਸਤੋ, ਜਿਨ੍ਹਾਂ ਨੇ ਮੁੜ ਕੇ ਵਾਪਸ ਨਹੀਂ ਆਉਣਾ। ਸੋ ਮੇਰੀ ਤੁਹਾਨੂੰ ਇਹ ਹੱਥ ਜੋੜ ਕੇ ਬੇਨਤੀ, ਆਪਣੇ ਘਰਾਂ ਵਿੱਚ ਹੀ ਰਹਿਣਾ। ਜਿਵੇਂ ਸਰਕਾਰ ਪ੍ਰਸ਼ਾਸਨ ਸਾਡੇ ਫਾਇਦੇ ਲਈ ਇਹ ਗੱਲ ਕਰ ਰਿਹਾ ਕਿ ਜੇ ਤੁਸੀਂ ਕਰੋਨਾ ਤੋਂ ਬਚ ਸਕਦੇ ਆਪਣੇ ਘਰਾਂ ਵਿੱਚ ਰਹਿ ਕੇ, ਕਰੋਨਾ ਤੋਂ ਬਚਣਾ ਨਹੀਂ ਬਲਕਿ ਇਹਨੂੰ ਭਜਾਉਣਾ। ਉਹ ਕਿਵੇਂ? ਕਿਉਂਕਿ ਇਹਦੀ ਕੋਈ ਦਵਾਈ ਜਾਂ ਕੋਈ ਮੈਡੀਸਨ ਨਹੀਂ ਬਣੀ, ਪਰ ਅਸੀਂ ਆਪਣੇ ਘਰਾਂ ਵਿੱਚ ਰਹਿ ਕੇ ਇੱਕ ਬਹੁਤ ਵੱਡੀ ਦਵਾਈ ਇਹਦੇ ਲਈ ਤਿਆਰ ਕਰ ਸਕਦੇ ਹਾਂ। ਉਹ ਕਿਹੜੀ ਹੈ? ਜੋ ਬਾਤ ਦਵਾ ਸੇ ਬਣ ਨਾ ਸਕੇ ਵੋ ਬਾਤ ਦੁਆ ਸੇ ਹੋਤੀ ਹੈ। ਜਦ ਕਾਮਲ ਮੁਰਸ਼ਦ ਮਿਲਤਾ ਹੈ ਤੋ ਬਾਤ ਖੁਦਾ ਸੇ ਹੋਤੀ ਹੈ। ਦੁਆ ਦੇ ਨਾਲ, ਅਰਦਾਸ ਦੇ ਨਾਲ, ਜੋਦੜੀ ਦੇ ਨਾਲ ਅਸੀਂ ਇਹਦਾ ਮੁਕਾਬਲਾ ਕਰ ਸਕਦੇ ਹਾਂ ਦੋਸਤੋ। ਪਰ ਸਾਡੇ ਲਈ ਪੁਲਿਸ ਦਿਨ ਰਾਤ ਰੋੜਾਂ 'ਤੇ ਤੁਰੀ ਫਿਰਦੀ ਹੈ ਦੋਸਤੋ। ਉਹ ਸਾਡੇ ਫਾਇਦੇ ਵਿੱਚ ਹੈ। ਉਹ ਕਿਉਂ? ਕਿ ਕੋਈ ਵੀ ਇਨਸਾਨ ਘਰੋਂ ਬਾਹਰ ਨਿਕਲੇ ਕਿਤੇ ਉਹ ਕਰੋਨਾ ਦਾ ਸ਼ਿਕਾਰ ਨਾ ਹੋ ਜਾਵੇ। ਸੋ ਮੇਰੀ ਤੁਹਾਨੂੰ ਹੱਥ ਜੋੜ ਕੇ ਇਹੋ ਬੇਨਤੀ ਹੈ, ਇਹ ਚੀਜ਼ 'ਤੇ ਅਮਲ ਕਰਨਾ। ਮੈਂ ਤੁਹਾਡਾ ਵੀਰ ਹਾਂ ਛੋਟਾ। ਮੁੜ ਫਿਰ ਸਾਨੂੰ ਪਹਿਲਾਂ ਵਾਲੀਆਂ ਖੁਸ਼ੀਆਂ ਉਸੇ ਤਰ੍ਹਾਂ ਮਾਲਕ ਨਜ਼ਰੇ ਅਨਾਇਤ ਕਰ ਦੇਵੇ, ਕਿਉਂਕਿ ਜ਼ਿੰਦਗੀ ਅਮਲ ਸੇ ਬਣਤੀ ਹੈ, ਜੰਨਤ ਵੀ ਜਹੰਨਮ।